नमस्कार, वॉइस ऑफ एशियंस दे सारे दर्शकों का बहुत बहुत स्वागत है। सो अज के बुलेटिन दे विच दो ही खबरां तुहानू दस्सण जा रहे हैं। पहली है कि लुधियाना दे विच ADC मिस्टर अमरजीत सिंह बैंस के वलों जागरूकता वैनस जिहड़ियां है मिशन फतेह के सिलसिले दे विच उन्होंने हरी झंडी दी गई। आओ दिखाने हैं कि ये की सी ते इहदा की मंतव सी। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਦਾ ਜਿਹੜਾ ਫੈਲਾਅ ਹੈਗਾ ਆ ਮਾਰਚ ਮਹੀਨੇ ਵਿੱਚ ਸ਼ੁਰੂ ਹੋ ਗਿਆ ਸੀਗਾ ਇੰਡੀਆ ਦੇ ਵਿੱਚ, ਅਤੇ ਪੰਜਾਬ ਭਾਰਤ ਦਾ ਸਭ ਤੋਂ ਪਹਿਲਾ ਸੂਬਾ ਸੀਗਾ ਜਿਹਨੇ ਲੋਕਡਾਊਨ ਲਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਉਹਦੇ ਵਿੱਚ ਆਪਾਂ ਬੜੇ ਸਕਸੈਸਫੁਲ ਵੀ ਹੋਏ ਸੀਗੇ। ਪਰ ਪੰਜਾਬ ਸਰਕਾਰ ਨੇ ਲੋਕਾਂ ਦੇ ਜਿਹੜੇ ਇਕਨੋਮਿਕ ਪ੍ਰੋਬਲਮਸ ਹੈਗੀਆਂ ਨੇ, ਸਾਈਕੋਲੋਜੀਕਲ ਪ੍ਰੋਬਲਮ ਆਈਆਂ, ਬਹੁਤ ਸਾਰੀਆਂ ਪ੍ਰੋਬਲਮ ਮੱਦੇਨਜ਼ਰ ਲੋਕਡਾਊਨ ਹੌਲੀ ਹੌਲੀ ਸਟੇਜ 'ਚ ਖੋਲ੍ਹਿਆ। ਪਰ ਉਹਦਾ ਜੋ ਨਤੀਜਾ ਇਹ ਸਾਹਮਣੇ ਆ ਰਿਹਾ ਸੀਗਾ ਕਿ ਆਪਣੇ ਕੇਸਿਸ ਹੌਲੀ ਹੌਲੀ ਵਧਣ ਲੱਗ ਪਏ, ਅਤੇ ਉਹ ਜਿਹੜਾ ਵਾਇਰਸ ਹੈਗਾ ਆ ਕੋਵਿਡ ਹੈਗਾ ਉਹਦੇ 'ਤੇ ਫਤਿਹ ਪਾਉਣ ਦੇ ਲਈ ਇੱਕ ਮਿਸ਼ਨ ਫਤਿਹ ਪੰਜਾਬ ਸਰਕਾਰ ਵੱਲੋਂ CM ਸਾਹਿਬ ਵੱਲੋਂ ਚਲਾਇਆ ਗਿਆ ਹੈਗਾ, ਜਿਹੜਾ ਇੱਕ ਮਹੀਨਾ ਕੈਂਪੇਨ ਹੈਗੀ ਆ, ਅਵੇਅਰਨੈਸ ਕੈਂਪੇਨ ਚਲਾਈ ਜਾਏਗੀ, ਚੱਲ ਰਹੀ ਹੈਗੀ ਹੈ। ਉਹਦੇ ਵਿੱਚ ਇਹ ਦੇਖਿਆ ਗਿਆ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਜਿਹੜਾ ਇਹ ਵੱਧ ਰਿਹਾ ਹੈਗਾ ਇਹ ਸਿਰਫ ਇਸ ਕਰਕੇ ਵੱਧ ਰਿਹਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ। ਅੱਜ ਅਸੀਂ 4 ਗੱਡੀਆਂ ਚਲਾਈਆਂ ਇੱਥੋਂ, ਪੂਰੇ ਪਿੰਡਾਂ 'ਚੋਂ ਵੀ BDPO ਚਲਾ ਰਹੇ ਹੈਗੇ ਆ, ਸ਼ਹਿਰਾਂ ਦੇ ਵਿੱਚੋਂ EO ਚਲਾ ਰਹੇ ਹੈਗੇ ਆ, ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ, ਔਰ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਗੱਡੀਆਂ ਅਵੇਅਰਨੈਸ ਕੰਪੇਨ ਚਲਾਉਣਗੀਆਂ। ਇੱਕ ਸੌਂਗ ਜਿਹੜਾ ਪਹਿਲਾਂ ਲਾਂਚ ਕੀਤਾ ਸੀਗਾ CM ਸਾਹਿਬ ਵੱਲੋਂ ਉਹ ਚੱਲੇਗਾ, ਹੋਰ ਜਿਹੜੀ ਹੈਗੀ ਆ ਕਮੈਂਟਰੀ ਚੱਲੇਗੀ, ਲੋਕਾਂ ਨੂੰ ਇੱਕ ਮੈਸੇਜ ਜਿਹੜਾ ਹੈਗਾ ਦਿੱਤਾ ਜਾ ਰਿਹਾ ਉਹ ਚੱਲੇਗਾ, ਜਿਹਦੇ ਨਾਲ ਹਰ ਇੱਕ ਬੰਦੇ ਪਰਪਜ਼ ਇਹ ਹੈਗਾ ਕਿ ਹਰ ਇੱਕ ਬੰਦਾ ਜਿਹੜਾ ਹਰ ਇੱਕ ਬੰਦੇ 'ਤੇ ਆਪਾਂ ਪਹੁੰਚਣਾ ਹੈਗਾ, ਉਹਨੂੰ ਇਹਦੇ ਬਾਰੇ ਦੱਸਣਾ ਹੈਗਾ, ਤਾਂ ਕਿ ਉਹ ਜਿਹੜੇ ਉਹਨੂੰ ਅਸੀਂ ਦੱਸਣਾ ਕਿ ਤੁਸੀਂ ਕਿੱਦਾਂ ਇਸ ਵਾਇਰਸ ਨੂੰ ਆਪਣੇ ਆਪ ਤੋਂ ਬਚਾਉਣਾ ਹੈ। 60 ਦੇ ਆਸ ਪਾਸ ਗੱਡੀਆਂ ਚਲਾਈਆਂ, ਅਤੇ ਲੁਧਿਆਣੇ 60 ਗੱਡੀਆਂ ਚੱਲ ਗਈਆਂ, ਅਤੇ ਇਹ ਚੱਲਦੀਆਂ ਰਹਿਣਗੀਆਂ ਗੱਡੀਆਂ। ਹੋਰ ਹੋਰਡਿੰਗਸ ਵੀ ਲਾਏ ਹੈਗੇ ਆ, ਪੈਂਫਲੈਟ ਵੀ ਚੱਲਣਗੇ ਰੇਡੀਓ 'ਤੇ, TV 'ਤੇ, ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਮੈਸੇਜ ਦਿੱਤਾ ਜਾ ਰਿਹਾ। ਅਤੇ ਇਹ ਸਾਡਾ ਇਹ ਮਿਸ਼ਨ ਹੈਗਾ, ਆਪਾਂ ਇਹਨੂੰ ਇੱਕ ਮਿਸ਼ਨ ਦੇ ਤੌਰ 'ਤੇ ਲੈ ਰਹੇ ਹਾਂ ਕਿ ਹਰ ਇੱਕ ਬੰਦੇ ਨੂੰ ਅਵੇਅਰਨੈਸ ਹੋਵੇ। ਸਿੰਪਲ ਹੈਗਾ ਕਿ ਉਹਨੇ ਆਪਣੇ ਹੱਥ ਧੋਣੇ ਹੈਗੇ ਆ, ਮਾਸਕ ਪਾ ਕੇ ਰੱਖਣਾ, ਸੈਨੇਟਾਈਜ਼ਰ ਯੂਜ਼ ਕਰਨਾ ਹੈਗਾ, ਸੋਸ਼ਲ ਡਿਸਟੈਂਸਿੰਗ ਰੱਖਣੀ ਹੈਗੀ ਹੈ। ਇਹ ਸਿੰਪਲ 4 ਮੈਸੇਜ ਨੇ ਜਿਹੜੇ ਸਾਰਿਆਂ ਤੱਕ ਪਹੁੰਚਾਉਣੇ ਬਹੁਤ ਜ਼ਰੂਰੀ ਹੈ, ਤਾਂ ਕਿ ਸਾਰੇ ਇਹਨੂੰ ਫੋਲੋ ਕਰਨ ਅਤੇ ਇਹ ਜਿਹੜੀ ਬਿਮਾਰੀ ਹੈਗੀ ਹੈ ਇਹਤੇ ਆਪਾਂ ਫਤਿਹ ਪਾ ਸਕੀਏ। ਤੁਸੀਂ ਕਿਸੇ ਨੂੰ ਕਿੰਨਾ ਫਰਕ ਪਊਗਾ ਇਸ ਮੁਹਿੰਮ ਨਾਲ ਜੀ? ਬਿਲਕੁਲ, ਦੇਖੋ ਜੀ, ਜੇ ਲੌਜੀਕਲੀ ਤੁਸੀਂ ਦੇਖੋ ਕਿ ਜੇਕਰ ਜਿਹੜੇ ਬੰਦੇ ਇਸ 4 ਸਟੈਪ ਨੂੰ ਫੋਲੋ ਕਰਦੇ ਹੈਗੇ ਆ ਉਹ 3-4 ਮਹੀਨੇ ਹੋ ਗਏ ਹਜੇ ਤੱਕ ਬਚੇ ਹੋਏ ਨੇ। ਕਾਰਨ ਸਿਰਫ ਇੰਨਾ ਹੀ ਹੈ, ਤੁਸੀਂ ਵੀ ਸਾਰੇ ਵਿਚਰਦੇ ਵੀ ਹੋ, ਤੁਹਾਡੀ ਡਿਊਟੀ ਵੀ ਕਰ ਰਹੇ ਹੋ ਲਗਾਤਾਰ, ਫਿਰ ਵੀ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖਿਆ, ਆਪਣੇ ਪਰਿਵਾਰ ਨੂੰ ਵੀ ਬਚਾਇਆ। ਕਾਰਨ ਕੀ ਹੈ? ਤੁਹਾਨੂੰ ਅਵੇਅਰਨੈਸ ਸੀਗੀ ਪਹਿਲੇ ਦਿਨ ਤੋਂ, ਬਸ ਇਹੀ ਚਾਹੁੰਦੇ, ਇਹੀ ਅਵੇਅਰਨੈਸ ਹਰ ਇੱਕ ਜਿਹੜਾ ਸਿਟੀਜਨ ਹੈਗਾ ਉਹਨੂੰ ਹੋਣੀ ਚਾਹੀਦੀ ਹੈ। ਜੇ ਇਹ ਅਵੇਅਰਨੈਸ ਕਰਕੇ ਉਹ ਪਾਏ 4 ਸਟੈਪ ਫੋਲੋ ਕਰ ਲਵੇ ਤਾਂ ਇਸ ਬਿਮਾਰੀ ਦੇ ਉੱਤੇ ਫਤਿਹ ਪਾ ਲਾਂਗੇ ਆਪਾਂ। ਥੈਂਕ ਯੂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ CM ਦੇ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਲਾਈਵ ਟੈਲੀਕਾਸਟ ਦੇ ਦੌਰਾਨ ਸੁਣਿਆ ਜਾਂਦਾ ਹੈ, ਅਤੇ ਆਓ ਉਹਨਾਂ ਦੀ ਹੀ ਇੱਕ ਬਾਈਟ ਸੁਣਦੇ ਹੈ ਕਿ ਕਿੱਦਾਂ ਲੁਧਿਆਣਾ ਦੀ ਇੱਕ ਮਹਿਲਾ ਦੀ ਉਹਨਾਂ ਨੇ ਮਦਦ ਕਰਨ ਦਾ ਐਲਾਨ ਕੀਤਾ ਹੈ। ਇੱਕ ਫਿਰ ਮੈਨੂੰ ਆਇਆ ਕੁਲਵੰਤ ਸਿੰਘ ਕਾਂਚੀ ਦਾ ਲੁਧਿਆਣੇ ਤੋਂ ਕਿ ਸਾਡੇ ਮੁਹੱਲੇ ਦੇ ਵਿੱਚ ਇੱਕ 70 ਸਾਲ ਦੀ ਬੀਬੀ ਰਹਿੰਦੀ ਹੈ, 11 ਸਾਲ ਦਾ ਉਹਦਾ ਪੋਤਾ, ਲੇਕਿਨ ਇਹਦੇ ਬੇਟੇ ਦਾ ਖੂਨ ਹੋ ਗਿਆ ਸੀ ਔਰ ਜਿਹੜੀ ਉਹਨਾਂ ਦੀ ਨੂੰਹ ਹੈ ਉਹ ਛੱਡ ਕੇ ਚਲੀ ਗਈ ਘਰੋਂ, ਅਤੇ ਉਹ ਵਿਚਾਰੀ ਆਪ ਸਭ ਕੁਝ ਦੇਖਦੀ ਹੈ, ਗ੍ਰੈਂਡਸਨ ਦੀ ਐਜੂਕੇਸ਼ਨ ਵੀ, ਉਹਨਾਂ ਦੀ ਪੜ੍ਹਾਈ ਲਿਖਾਈ ਵੀ, ਅਤੇ ਬਾਕੀ ਅਸੀਂ ਸਾਰੇ ਥੋੜ੍ਹਾ ਥੋੜ੍ਹਾ ਕਰਕੇ ਉਹਨੂੰ ਰੈਸ਼ਨ ਦਿੰਦੇ ਹਾਂ। ਲੇਕਿਨ ਹੁਣ ਇਸ ਬੀਬੀ ਦਾ ਹੁਣ ਹਾਲਾਤ ਇਹ ਬਣ ਗਏ ਕਿ ਉਹਨੂੰ TB ਵੀ ਹੋ ਗਈ ਔਰ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦਾ ਪਤਾ ਨਹੀਂ, ਔਰ ਕਿਰਾਏ ਵਾਲਾ ਵੀ ਉਹਦੇ ਕਿਰਾਏ ਨੂੰ ਬਾਹਰ ਕੱਢਣਾ ਚਾਹੁੰਦਾ ਕਿਉਂਕਿ ਕਿਰਾਇਆ ਉਹ ਦੇ ਨਹੀਂ ਸਕਦੀ, ਅਤੇ ਇਹਦਾ ਕੁਛ ਪਲੀਜ਼ ਹੈਲਪ ਕਰੋ। ਮੈਂ ਹੁਣੇ ਡਿਪਟੀ ਕਮਿਸ਼ਨਰ ਨੂੰ ਅਸੀਂ ਆਦੇਸ਼ ਦੇ ਰਹੇ ਹਾਂ
कि इस बीबी नू जाके मिलन, नंबर है मेरे को, और इस बीबी का अगले अगले साल का पूरा जो किराया वह भी देवे असी, जो बकाया रह गया और अगे वास्ते एक साल वास्ते असी देवे, और जेडे बच्चे दी बीबी की जी टीबी दी दा इलाज है पूरा असी करवावे, और बच्चा तो जरा पढ़ रहा है वह तो गवर्नमेंट स्कूल पढ़ता हूँ असी, उ गवर्नमेंट स्कूल कोई फीस नहीं होंगी, तो वे असी पूरा इस तरह देखा, तो तुम उन्होंने दस देना कुलवंत सिंह जी कि डिप्टी कमिश्नर उन्होंने घर आऊ अपने बंदे भेजेंगे उत्थे और इन्हों का प्रबंध असी पूरा करांगे। सो दोस्तों उम्मीद है कि आज के बुलेटिन दिया थोड़ियां जी खबर ही असी जड़ियां थानू दिखाइया अच्छी लगिया होनगियां, होर ताज़ी जानकारी भी देंदे रहांगे, साढ़े चैनल नाल जुड़े रहियो ते नाल नाल साढ़े फेसबुक पेज वॉइस ऑफ एशियंस नूं भी लाइक करना ना भुलियो। कल फिर मिलांगे, नमस्कार।